ਨਾਨੀ ਆ ਗਈ ਤੇਰੀ, ਨਾਨੀ ਆ ਗਈ ਤੇਰੀ, ਮੇਰੀ ਨਾਨੀ ਵਿਚਾਰੀ ਕਮਰਾਂ ਟੁਰ ਗਈ। ਉਹ ਮੂੰਹ ਪਰਾਂ ਕਰ ਨਹੀਂ ਨਿਕਲਦੀ ਨਹੀਂ। ਇਹ ਆਪਣੇ ਮਹਿਮੂਦ ਸਾਹਿਬ ਜਨਾਬ, ਇਹ ਬੀਚ ਪੇ ਜਾਮ ਪੇ ਜੋ ਹੈ ਨਾ ਵੋ ਇਹ ਕਾਮ ਸਾਰੇ ਅੰਜਾਮ ਦੇਣੇ ਲੱਗੇ ਹੈ। ਚਲੋ ਮਹਿਮੂਦ ਸਾਹਿਬ ਸ਼ੁਰੂ ਕਰੋ, ਥੋੜ੍ਹਾ ਜਿਹਾ ਅੱਗੇ ਹੋਵੇ ਨਾ, ਬੜਾ ਪਾਣੀ 'ਚ ਤਾਂ ਕੇ ਵਾਹ ਨਿਕਲੇ ਨਾ। ਹਾਂਜੀ ਉਹ ਸੁਥਣ ਗਿੱਲੀ ਕਰ ਲੈ ਕਰਾਂ ਮੁੰਡੇ, ਲੋ ਜੀ ਇਹ ਭਾਈ ਸਾਹਿਬ ਜੋ ਹੈ ਉਹ ਹਮਾਰੇ ਸੁਥਣ ਮੇਂ ਹਵਾ ਭਰ ਕੇ ਜਾ ਰਹੇ ਹੈ ਔਰ ਇਹ ਗਏ ਜੇ। ਹੈਲੋ ਜੀ, ਅਸਲਾਮ ਵਾਲੇਕੁਮ ਜਨਾਬ, ਉਮੀਦ ਕਰਤਾ ਹੂੰ ਖਰੀਅਤ ਸੇ ਹੋਂਗੇ। ਅਲਹਮਦੁਲਿਲਾ ਮੈਂ ਵੀ ਬਿਲਕੁਲ ਠੀਕ ਠਾਕ ਹੂੰ। ਔਰ ਆਪ ਯੇ ਨਾ ਕਹੇਂ ਕਿ ਹਮ ਜੋ ਹੈ ਨਾ ਵੋ ਵੀਡੀਓ ਬਣਾ ਰਹੇ ਹੈ, ਹਮ ਬੀਚ ਪਏ ਹੋਏ ਔਰ ਯਹਾਂ ਪੇ ਜੋ ਹੈ ਨਾ ਵੋ ਲੋਕ ਹਮਾਰੇ ਪੀਛੇ ਬੈਠੇ ਹੋਏ ਹੈ। ਤੋ ਸਨੀ ਭਾਈ ਕਾ ਜੋ ਹੈ ਵੋ ਆਜ ਕਾ ਵਲੌਗ ਹਮ ਰਿਕਾਰਡ ਕਰੇਂਗੇ, ਵਲੌਗ ਸਪਾਟ ਔਨ ਦਾ ਬੀਚ। ਹਾਂਜੀ ਸਨੀ ਭਾਈ, ਇਟਲੀ ਦੇ ਵਿੱਚ ਆ ਕੇ ਤੁਹਾਨੂੰ ਅੱਜ ਬੀਚ 'ਤੇ ਮੈਂ ਲੈ ਕੇ ਆਇਆ, ਕਿੱਦਾਂ ਲੱਗ ਰਿਹਾ? ਮੈਨੂੰ ਤਾਂ ਥੱਲਿਓ ਪਾਣੀ ਲੱਗ ਰਿਹਾ ਤੁਹਾਡਾ। ਅੱਛਾ ਬੈਕ ਹੈ ਜਿਹੜਾ ਨਾ ਇਹ ਜਨਾਬ ਬੀਚ ਦਾ ਨਾਂ ਹੈ ਪੋਸੀ ਤਾਨੋ ਬੀਚ। ਔਰ ਇੱਥੇ ਲੋਕ ਜਿਹੜੇ ਨੇ ਉਹ ਆਪਣਾ ਨਹਾਉਣ ਆਏ ਨੇ, ਇੰਜੋਏ ਕਰਨ ਆਏ ਨੇ, ਅਸੀਂ ਵੀ ਇੰਜੋਏ ਕਰਨ ਆਏ ਹਾਂ। ਇਹ ਬੜਾ ਸ਼ਾਨਦਾਰ ਬੀਚ ਹੈ, ਇਹ ਵੇਖੋ ਇਹਦਾ ਵਿਊ ਮੈਂ ਤੁਹਾਨੂੰ ਦਿਖਾਉਂਦਾ ਵਾਂ। ਅਤੇ ਇਹ ਸਾਰਾ ਜਿਹੜਾ ਨਾ ਇਹ ਸਿਸਟਮ ਨਿਜ਼ਾਮ ਇੰਜ ਦਾ। ਅਤੇ ਜਨਾਬ ਅਸੀਂ ਇਹ ਪੁੱਛਦੇ ਹਾਂ ਸਨੀ ਭਾਈ ਕੋਲੋਂ, ਸਨੀ ਮੈਂ ਵੀ ਠੀਕ ਅੱਲਾ ਦਾ ਸ਼ੁਕਰ ਹੈ ਔਰ ਸਨੀ ਜਨਾਬ ਅੱਜ ਮੇਰੇ ਸਾਥ ਆ ਗਿਆ। ਔਰ ਹਮਨੇ ਮੈਕ ਜੋ ਹੈ ਨਾ ਵੋ ਆਪਣੇ ਲਗਾ ਲਈਏ ਹੈ। ਅੱਲਾ ਪਾਕ ਨੇ ਇਨਸਾਨ ਕੋ ਜੋ ਵੀ ਚੀਜ਼ ਦੀ ਹੈ ਵੋ ਚੀਜ਼ ਇਸ ਲਈ ਦੀ ਹੈ ਕਿ ਵੋ ਬੰਦਾ ਜੋ ਹੈ ਨਾ ਇਸ ਸੇ ਫਾਇਦਾ ਹਾਸਲ ਕਰੇ। ਅਬ ਕੁਛ ਲੋਕ ਸੀਨੇ ਕੇ ਬਾਲ ਮੰਡਾ ਦੇਤੇ ਹੈ, ਲੇਕਿਨ ਇਹ ਯੂਟਿਊਬਰਾਂ ਕੇ ਲਈ ਅੱਛੀ ਬਾਤ ਹੈ। ਅਗਰ ਆਪ ਬੀਚ ਪੇ ਜਾਤੇ ਹੈ ਤੋ ਆਪ ਯਹਾਂ ਪੇ ਮੈਕ ਲਗਾ ਸਕਤੇ ਹੈ। ਤੋ ਸਨੀ ਭਾਈ ਸੇ ਜਨਾਬ ਆਜ ਹਮ ਬਾਤ ਕਰੇਂਗੇ ਕਿ ਆਪ ਹਮੇਂ ਯੇ ਬਤਾਏ ਕਿ 10 ਪਰੇਸ਼ਾਨੀਆਂ ਜੋ ਕੈਂਪ ਛੋੜ ਕੇ ਆਪਕੋ ਫੇਸ ਕਰਨੀ ਪੜੀ ਵੋ 10 ਪਰੇਸ਼ਾਨੀਆਂ ਕੇ ਨਾਮ ਹਮੇਂ ਬਤਾਏ ਔਰ ਕੈਸੇ ਵੋ ਆਪਨੇ ਹੱਲ ਕੀਆ। ਜੀ ਸਨੀ ਭਾਈ, 10 ਪਰੇਸ਼ਾਨੀਆਂ ਤਾਂ ਮੈਨੂੰ ਪੱਕਾ ਨਹੀਂ ਯਾਦ। ਅੱਛਾ, ਮਤਲਬ ਕੋਈ ਐਸੀਆਂ ਗੱਲਾਂ ਸੁਣਾਓ ਜਿਹੜੀਆਂ ਤੁਹਾਨੂੰ ਹਲੇ ਤੱਕ ਯਾਦ ਹੋਣ। ਲੋ ਜੀ ਨਾਜ਼ਰੀਨ, ਅੱਜ ਅਸੀਂ ਆਏ ਹਾਂ ਬੀਜ ਦੇ ਉੱਤੇ ਔਰ ਜਨਾਬ ਹੈ ਮਹਿਮੂਦ ਹੰਜਰਾ ਸਾਹਿਬ ਸਾਡੇ ਨਾਲ ਨੇ। ਕੌਣ ਹੋ ਮਹਿਮੂਦ ਜੱਟ ਹੰਜਰਾ ਸਾਹਿਬ? ਜਨਾਬ ਮਹਿਮੂਦ ਇਹ ਮਹਿਮੂਦ ਸਾਹਿਬ ਨੇ ਜਨਾਬ, ਅਤੇ ਸਨੀ ਭਾਈ ਵੀ ਸਾਡੇ ਨਾਲ ਨੇ। ਅੱਜ ਅਸੀਂ ਤੁਹਾਨੂੰ ਇਟਲੀ ਦੇ ਬੀਜ ਜਿਹੜੇ ਨੇ ਉਹਨਾਂ ਦੀ ਸੈਰ ਕਰਾਉਣੀ ਹੈ, ਬੀਜਾਂ ਦੀ ਸੈਰ ਕਰਾਉਣੀ ਹੈ। ਤੁਸੀਂ ਇਹ ਜਿਹੜਾ ਪਾਣੀ ਹੈ ਜਨਾਬ ਤੁਹਾਨੂੰ ਥੱਲੇ ਤੱਕ ਆ ਰਿਹਾ,
ਤੇ ਆਵਾਮ ਨੂੰ ਬਾਹਰ ਨਹੀਂ ਹੈ ਫਿਰ ਅੱਜ ਬੀਚ। ਲਓ ਜਨਾਬ ਅਸੀਂ ਤੁਹਾਨੂੰ ਬੀਚ ਦੀ ਰੌਣਕ ਵਾ ਦਿੰਦੇ ਹਾਂ ਅਤੇ ਅਸੀਂ ਆਪ ਵੀ ਨਾ ਰਹੇ ਹਾਂ ਇਸ ਵਾਸਤੇ ਅੱਜ ਦੀ ਵੀਡੀਓ ਸਿਰਫ ਬੀਚ ਦੀ ਵੀਡੀਓ। ਅਤੇ ਓਕੇ ਹੋ ਗਿਆ ਜੀ, ਤੁਸੀਂ ਵੇਖੋ ਇੱਥੇ ਗੋਰੇ ਕਿੰਝ ਨਹਾਉਂਦੇ ਨੇ, ਕੀ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ। ਕਿਉਂ ਸਨੀ ਭਾਈ ਤੁਸੀਂ ਬੀਚ ਖਿਆਲ ਕੀ ਮਹਿਸੂਸ ਕਰ ਰਹੇ ਹੋ? ਤਨਖਾਹ ਲੱਭ ਜਾਣੀ ਛੁੱਟੀਆਂ ਦੀ ਵੀ। ਇੱਧੇ ਆ ਜਾਓ ਜਾਂ ਇੱਧੇ ਆ ਜਾਓ, ਚਲੋ ਇੱਧਰ ਆ ਜਾਓ। ਹਾਂ ਬੱਟ ਪੌਂਡੂ, ਮੈਂ ਦਰਅਸਲ ਇਹ ਸਮਝਿਆ ਸੀ ਜਿੱਥੇ ਗਏ ਨਹੀਂ ਸੀ ਅੱਛਾ ਇਹ ਸ਼ਿਪ ਜਾਂਦੇ ਨੇ ਜਜ਼ੀਰਿਆਂ ਦੇ।
ਅਮਲਫੀ ਸਲੈਰਨੋ ਕਾਰਪੀ ਕਾਪਰੀ ਸੋਰੈਂਡ ਨਹੀਂ ਨਹੀਂ ਨੇੜੇ ਕੱਛਿਆਂ ਦੀ ਜਿਹੜੀ ਉਹ ਹਾਸ ਨਾ ਮੇਰੀਆਂ ਲੱਤਾਂ ਥੱਲਿਓਂ ਫੜ ਲਓ ਲੁੱਲ ਕੁਣੀ ਲੈਣੀਆਂ ਹਲੀ ਆਉਂਦੀਆਂ ਹਿੱਲੀ ਆਉਂਦੀਆਂ ਸਾਡਾ ਆਪਣਾ ਹਾਂਜੀ
ਵਾਏ ਵਾਏ ਨਹੀਂ ਨਿਕਲਦੀ ਨਹੀਂ ਲੂਦਾ ਜੇ ਗਲਤੀ ਨਾਲ ਸਮੁੰਦਰ ਟੋਰੀ ਜਾਂਦਾ ਗੁੰਡਾ ਵੀ ਬੜੀ ਚਾਸਤੀ ਬਣੀ ਹੋਈ ਅੰਮਾ ਗਾਣਾ ਕੱਢਦੀ ਸੀ ਜੀ ਬਾਈ ਕੀ ਜਾਣ
ਯਹਾਂ ਹਮ ਵੀ ਵੀਡੀਓ ਬਣਾ ਰਹੇ ਹੈ। ਚਲਦੇ ਕਮਰੇ ਦੀ ਬੈਕ ਹੋ ਜਾਂਦਾ ਨਹੀਂ ਨਹੀਂ ਹੁੰਦਾ ਨਹੀਂ ਜੀ ਆਪਣੇ ਮਹਿਮੂਦ ਸਾਹਿਬ ਜਨਾਬ ਇਹ ਬੀਚ ਪੇ ਜਾਮ ਪੇ ਜੋ ਹੈ ਨਾ ਵੋ ਇਹ ਕੰਮ ਸਾਰੇ ਅੰਜਾਮ ਦੇਣੇ ਲੱਗੇ ਹੈ। ਚਲੋ ਮਹਿਮੂਦ ਸਾਹਿਬ ਸ਼ੁਰੂ ਕਰੋ, ਥੋੜ੍ਹਾ ਜਿਹਾ ਅੱਗੇ ਹੋਵੇ ਨਾ ਬੜਾ ਪਾਣੀ 'ਚ ਤਾਂ ਕਿ ਬਾਹਰ ਨਿਕਲੇ ਨਾ। ਹਾਂਜੀ ਉਹ ਸੁਥਣ ਗਿੱਲੀ ਕਰ ਲੈ ਕਰਾਂ ਮੁੱਦੇ ਲੋ ਜੀ ਇਹ ਭਾਈ ਸਾਹਿਬ ਜਿਵੇਂ ਮੋਹ ਮਾਰੇ ਸੁਥਣ ਮੈਂ ਹਵਾ ਭਰ ਕੇ ਜਾ ਰਹੇ ਔਰ ਇਹ ਗੈਜ ਕਹਿੰਦੇ ਕਿ ਪਾਕਿਸਤਾਨੀ ਜਿਹੜਾ ਡਰੈਸ ਹੈ ਉਹਦੀ ਇੰਨੀ ਚਸ ਕੋਈ ਨਹੀਂ, ਲੇਕਿਨ ਜਿੰਨੀ ਚਸ ਇਸ ਡਰੈਸ ਦੀ ਆ ਰਹੀ ਹੈ ਤੁਸੀਂ ਵੇਖ ਹੀ ਰਹੇ ਹੋ। ਮਾਈ ਗੋਡ ਜਵਾ ਮਹਿਮੂਦ ਸ਼ਾਬਾ ਤੇਰੇ ਮੁੱਦੇ। ਉਹ ਮੁੱਦੇ ਕਿੱਥੇ ਗਿਆ ਹੈ? ਮੇਰੀ ਨਾਨੀ ਵਿਚਾਰੀ ਕਵਰਾਂ ਟੁਰ ਗਈ। ਉਹ ਮੂੰਹ ਪਰਾਂ ਕਰ ਹੈ ਸਾਰੇ
ਕਿੱਥੇ ਕਿੱਥੇ ਸਰ ਖਤਮ ਹੀ ਹੋ ਗਈ।